ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਟਨਫੋਰ ਜੀ ਤੁਹਾਡਾ ਸਵਾਗਤ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਾ ਪੇਪਰ 16 ਅਕਤੂਬਰ ਨੂੰ ਹੋ ਸਕਦਾ ਹੈ ਹੁਣ ਇਹ ਕਨਫਰਮ ਹੋ ਚੁੱਕਿਆ ਹੈ ਦੋਸਤੋ ਕਿ 16 ਅਕਤੂਬਰ ਨੂੰ ਹੀ ਸਬ ਇੰਸਪੈਕਟਰ ਦਾ ਪੇਪਰ ਹੋਣਾ ਹੈ ਮੈਂ ਤੁਹਾਨੂੰ ਨੋਟੀਫਿਕੇਸ਼ਨ ਵੀ ਦਿਖਾਉਣਾ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਪੰਜਾਬ ਪੁਲਿਸ ਦੇ ਪੇਪਰ ਦੀ ਘਰਾਂ ਬੈਠ ਕੇ ਤਿਆਰੀ ਕਰ ਰਹੇ ਹਨ ਚਾਹੇ ਸਬ ਇੰਸਪੈਕਟਰ ਹੌਲਦਾਰ ਜਾਂ ਕਨਸਟੇਬਲ ਉਹ ਘਰ ਬੈਠੇ ਹੀ ਪੰਜਾਬੀ ਤੇ ਅੰਗਰੇਜ਼ੀ ਦੋਨੇ ਭਾਸ਼ਾਵਾਂ ਵਿੱਚ ਤਿਆਰੀ ਕਰ ਸਕਦੇ ਹਨ ਸਾਰਾ ਸਿਲੇਬਸ ਤੁਹਾਨੂੰ ਮੈਥ ਰੀਜਨਿੰਗ ਪੰਜਾਬ ਜੀਕੇ ਜੀਕੇ ਕੰਪਿਊਟਰ ਗ੍ਰਾਮਰ ਵਗੈਰਾ ਸਾਰਾ ਸਟੱਡੀ ਮਟੀਰੀਅਲ ਤੁਹਾਨੂੰ ਸਿਰਫ ਤੇ ਸਿਰਫ 299 ਰੁਪਏ ਵਿੱਚ ਮਿਲ ਜਾਵੇਗਾ WhatsApp ਕਰਨਾ ਤੁਸੀਂ 9041815272 ਉੱਤੇ ਸਾਰੇ ਦਾ ਸਾਰਾ ਸਟੱਡੀ ਮਟੀਰੀਅਲ ਪਲੱਸ ਸਟੱਡੀ ਐਂਡ ਇਨਫੋ ਦੇ ਨੋਟਸ ਜਿਹੜੇ ਉਹ ਤੁਹਾਨੂੰ 299 ਰੁਪਏ ਵਿੱਚ ਮਿਲ ਜਾਣਗੇ ਅਤੇ ਪੇਮੈਂਟ ਕਰਨ ਤੋਂ ਬਾਅਦ ਉਸ ਦਾ ਸਕਰੀਨਸ਼ਾਟ ਉੱਥੇ ਭੇਜ ਦਿਓ ਨਾਲ ਦੀ ਨਾਲ ਤੁਹਾਨੂੰ ਸਾਰਾ ਡਾਟਾ ਜਿਹੜਾ ਮਿਲ ਜਾਵੇਗਾ ਜਿਵੇਂ ਕਿ ਹੁਣ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਪੁਲਿਸ ਦੀ ਭਰਤੀ ਸੰਬੰਧੀ ਜਿਹੜਾ 16 10 2022 ਨੂੰ ਐਤਵਾਰ ਨੂੰ ਜਿਹੜਾ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਜਿਸ ਨਾਲ ਕਿ ਹੁਣ ਇਹ ਸਾਫ਼ ਹੋ ਗਿਆ ਹੈ ਕਿ ਤੁਹਾਡੇ ਜਿਹੜਾ ਸਬ ਇੰਸਪੈਕਟਰ ਦਾ ਪੇਪਰ ਹੈ ਉਹ 16 10 2022 ਨੂੰ ਹੋਣ ਜਾ ਰਿਹਾ ਹੈ ਅਤੇ ਇਸ ਦੇ ਐਡਮਿਟ ਕਾਰਡ ਸੰਬੰਧੀ ਬਹੁਤ ਸਾਰੇ ਸਟੂਡੈਂਟ ਕਮੈਂਟ ਕਰ ਰਹੇ ਸਨ ਕਿ ਐਡਮਿਟ ਕਾਰਡ ਕਦੋਂ ਆਉਣਗੇ ਤਾ ਤਾਂ ਹੋਣੀ ਸੀ ਦੱਸ ਦਵਾਂ ਕਿ ਇੱਕ ਹਫਤਾ ਪਹਿਲਾਂ ਇਸ ਦੇ ਐਡਮਿਟ ਕਾਰਡ ਆ ਜਾਣਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਾਲ ਇੰਸਪੈਕਟਰ ਦਾ ਪੇਪਰ ਥੋੜਾ 16 ਤਰੀਕ ਨੂੰ ਹੋਵੇਗਾ ਸੇਮ ਉਸ ਡੇਟ ਨੂੰ ਪੇਪਰ ਆਇਆ ਹੈ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਹੌਲਡਰ ਦਾ ਪੇਪਰ ਹੋ ਉਸੇ ਤਰ੍ਹਾਂ 23 ਤਰੀਕ ਨੂੰ ਜਾਂ 24 ਤਰੀਕ ਨੂੰ ਭਾਵੇਂ ਕਿ ਅਗਲੇ ਸ਼ਨੀਵਾਰ ਐਤਵਾਰ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਕਨਸਟੇਬਲ ਦਾ ਪੇਪਰ ਹੈ ਉਸ ਤੋਂ ਅਗਲੇ ਸ਼ਨੀ ਐਤਵਾਰ 29 ਜਾਂ 30 ਤਰੀਕ ਨੂੰ ਹੋ ਜਾਵੇਗਾ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਲਈ ਚੈਨਲ ਨੂੰ ਜੁਆਇਨ ਕਰ ਲਓ ਸਬਸਕ੍ਰਾਈਬ ਕਰ ਲਓ ਟੈਲੀਗ੍ਰam ਚੈਨਲ ਜੁ